ਸਰ ਆਪਾਂ ਸਭ ਨੂੰ ਚਾਹ ਹੁੰਦਾ ਕਿ ਆਪਾਂ ਵੀ ਵੱਡੇ ਕਲਾਕਾਰਾਂ ਨਾਲ ਫੋਟੋਆਂ ਖਿਚਵਾਈਏ ਤੇ ਉਹਨਾਂ ਵਰਗੇ ਵੱਡੇ ਬਣੀਏ, ਪਰ ਅੱਜ ਆਪਾਂ ਜਿਸ ਬੱਚੇ ਬਾਰੇ ਗੱਲ ਕਰਾਂਗੇ ਉਸ ਬੱਚੇ ਦੇ ਤੁਸੀਂ ਸ਼ੌਂਕ ਸੁਣ ਕੇ ਹੈਰਾਨ ਹੋ ਜਾਵੋਗੇ। ਤੇ ਜੇਕਰ ਗੱਲ ਹੋਵੇ ਅਮੀਰੀ ਤੇ ਖੂਬਸੂਰਤੀ ਦੀ ਤਾਂ ਸਿਰਫ ਇੱਕੋ ਹੀ ਨਾਮ ਆਉਂਦਾ ਹੈ, ਦੁਬਈ। ਤੇ ਅੱਜ ਆਪਾਂ ਗੱਲ ਕਰਦੇ ਹਾਂ ਰਸ਼ੀਦ ਬਾਰੇ, ਜੋ ਕਿ ਸੋਸ਼ਲ ਮੀਡੀਆ ਤੇ ਇੰਡੀਆ ਵਿੱਚ ਸਲਮਾਨ ਖਾਨ ਕਰਕੇ ਬਹੁਤ ਹੀ ਜ਼ਿਆਦਾ ਫੇਮਸ ਹੋਇਆ ਸੀ। ਪਰ ਇਹ ਆਮ ਬੱਚਾ ਨਹੀਂ ਹੈ, ਇਹ ਦੁਨੀਆ ਦੇ ਟੌਪ ਬਿਜ਼ਨਸਮੈਨ ਸੈਫ ਅਹਿਮਦ ਦਾ ਬੇਟਾ ਹੈ ਤੇ ਇਹ ਦੁਨੀਆ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੈ ਤੇ ਇਸਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਗਭਗ 8 ਲੱਖ ਦੇ ਕਰੀਬ ਫੋਲੋਅਰਸ ਨੇ। ਤੇ ਜੇਕਰ ਆਪਾਂ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ। ਦੋਸਤੋ, ਇਹਨਾਂ ਦੇ ਸ਼ੌਂਕ ਕੁਛ ਇਸ ਤਰ੍ਹਾਂ ਨੇ ਕਿ ਇਹਨਾਂ ਨੂੰ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਮਹਾਨ ਹਸਤੀਆਂ ਨਾਲ ਟਾਈਮ ਸਪੈਂਡ ਕਰਨਾ ਬਹੁਤ ਹੀ ਚੰਗਾ ਲੱਗਦਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਸਲਮਾਨ ਖਾਨ, ਸ਼ਾਹਰੁਖ ਖਾਨ, ਸ਼ਿਲਪਾ ਸ਼ੈਟੀ ਵਰਗੇ ਬਾਲੀਵੁੱਡ ਦੇ ਆਰਟਿਸਟ ਇਹਨਾਂ ਦੇ ਫਾਰਮ ਹਾਊਸ ਵਿੱਚ ਆਉਂਦੇ ਨੇ। ਬਾਲੀਵੁੱਡ ਹੀ ਨਹੀਂ, ਹਾਲੀਵੁੱਡ ਦੇ ਟੌਪ ਆਰਟਿਸਟ ਰਿਹਾਨਾ, ਪੈਰਿਸ ਹਿਲਟਨ, ਵਿਜ਼ ਖਲੀਫਾ ਤੇ ਨਾਲ ਨਾਲ ਮਸ਼ਹੂਰ ਫੁੱਟਬਾਲ ਪਲੇਅਰ ਲਿਓਨੀ ਮੈਸੀ ਵੀ ਇਹਨਾਂ ਦੇ ਫਾਰਮ ਹਾਊਸ ਵਿੱਚ ਦੇਖੇ ਗਏ ਨੇ। ਤੇ ਕਈ ਵਾਰ ਤਾਂ ਇਹਨਾਂ ਦੇ ਫਾਰਮ ਹਾਊਸ ਵਿੱਚ ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਕਿ ਬਾਕੀ ਦੇ ਸੈਲੀਬ੍ਰਿਟੀਜ਼ ਨੂੰ ਜਵਾਬ ਦੇਣਾ ਪੈਂਦਾ। ਪਰ ਜਿਸ ਆਰਟਿਸਟ ਨਾਲ ਇਹਨਾਂ ਦਾ ਪਿਆਰ ਪੈ ਜਾਵੇ ਤਾਂ ਇਹ ਸ਼ੌਂਕੀ ਉਹਨਾਂ ਨੂੰ ਆਪਣੇ ਪ੍ਰਾਈਵੇਟ ਜੈੱਟ ਵਿੱਚ ਛੱਡ ਕੇ ਆਉਂਦਾ ਹੈ। ਤੇ ਇਹ ਪ੍ਰਾਈਵੇਟ ਜੈੱਟ ਸਭ ਤੋਂ ਮਹਿੰਗਾ ਜੈੱਟ ਮੰਨਿਆ ਗਿਆ ਹੈ ਕਿਉਂਕਿ ਇਸ ਵਿੱਚ ਜੋ ਟੇਬਲ ਲੱਗੇ ਨੇ ਉਹ ਸੋਨੇ ਦੇ ਨੇ। ਇਸੇ ਕਰਕੇ ਹਰ ਇੱਕ ਕਲਾਕਾਰ ਇਹਨਾਂ ਨਾਲ ਇਹਨਾਂ ਦੇ ਪ੍ਰਾਈਵੇਟ ਜੈੱਟ ਵਿੱਚ ਬੈਠਣਾ ਚਾਹੁੰਦਾ ਹੈ, ਪਰ ਬੈਠਦਾ ਉਹੀ ਹੈ ਜਿਸ ਨਾਲ ਰਸ਼ੀਦ ਬੈਠਣਾ ਚਾਹੁੰਦਾ ਹੈ। ਤੇ ਹੁਣ ਆਪਾਂ ਨਿਗਾਹ ਮਾਰਦੇ ਹਾਂ ਇਹਨਾਂ ਦੇ ਫਾਰਮ ਹਾਊਸ ਵੱਲ ਵੀ ਅਜਿਹਾ ਕੀ ਹੈ ਇਹਨਾਂ ਦੇ ਫਾਰਮ ਹਾਊਸ ਵਿੱਚ ਜੋ ਕਲਾਕਾਰਾਂ ਨੂੰ ਇੱਥੇ ਆਉਣ ਲਈ ਮਜਬੂਰ ਕਰਦਾ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਫਾਰਮ ਹਾਊਸ ਦੀ ਐਂਟਰੀ 'ਚ ਤੁਹਾਨੂੰ ਹਰ ਇੱਕ ਵੱਡੀ ਗੱਡੀ ਦੇਖਣ ਨੂੰ ਮਿਲੇਗੀ। ਤੇ ਜੇਕਰ ਆਪਾਂ ਫਾਰਮ ਹਾਊਸ ਦੇ ਅੰਦਰ ਆਉਂਦੇ ਹਾਂ ਤਾਂ ਦੇਖਣ ਨੂੰ ਇੱਕ ਤਰ੍ਹਾਂ ਦੀ ਜੰਨਤ ਲੱਗਦੀ ਹੈ ਤੇ ਥਾਂ ਥਾਂ ਤੇ ਸਵਿਮਿੰਗ ਪੂਲ ਤੇ ਹਰ ਇੱਕ ਤਰ੍ਹਾਂ ਦੀ ਮਹਿੰਗੀ ਡੈਕੋਰੇਸ਼ਨ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ। ਤੇ ਵੱਡੀ ਗੱਲ ਇਹ ਹੈ ਕਿ ਰਸ਼ੀਦ ਨੇ ਸ਼ੇਰਾਂ ਦੇ ਬੱਚੇ ਵੀ ਪਾਲੇ ਹੋਏ ਨੇ ਜਿਨ੍ਹਾਂ ਨੂੰ ਉਹ ਆਪਣੇ ਰੂਮ ਵਿੱਚ ਰੱਖਦੇ ਨੇ। ਤੇ ਰਸ਼ੀਦ ਨਾਲ ਨਾਲ ਇੱਕ ਬਿਜ਼ਨਸ ਵੀ ਕਰਦਾ ਹੈ ਜਿਸ ਵਿੱਚ ਉਹਨਾਂ ਦਾ ਇੱਕ ਬ੍ਰਾਂਡ ਹੈ ਮੌਂਕੀ ਕਿਕਸ, ਜਿਸ ਵਿੱਚ ਉਹ ਮਹਿੰਗੇ ਮਹਿੰਗੇ ਸ਼ੂਜ਼ ਆਪਣੇ ਸੋਸ਼ਲ ਮੀਡੀਆ ਤੇ ਵੇਚਦੇ ਨੇ। ਤੇ ਰਸ਼ੀਦ ਦਾ ਹੁਣ ਇੱਕੋ ਇੱਕ ਸੁਪਨਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਬਿਜ਼ਨਸਮੈਨ ਬਣਨਾ ਚਾਹੁੰਦਾ ਹੈ। ਸੋ ਦੋਸਤੋ, ਇਹ ਤਾਂ ਸੀ ਅਮੀਰ ਘਰਾਣੇ ਦੇ ਸ਼ੌਂਕੀ ਪੁੱਤ ਰਸ਼ੀਦ ਦੀ ਸਟੋਰੀ। ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਤੇ ਨਾਲ ਨਾਲ